ਸਸ਼ੀਗਾ ਫਰੈਂਡਸ ਆਈ ਮੈਸ ਵੇਰੀ ਉੱਤੇ ਹੀ ਕਾਫੀ ਜ਼ਿਆਦਾ ਲੇਟ ਤੇ ਮੈਂ ਕਿਹਾ ਕਿ ਹੁਣ ਘਰ ਦਿੱਤੀ ਹੋਂਦੇ ਫਰਜ ਵੀ ਨਿਭਾਣੇ ਪੈਣੇ ਪਰ ਐ ਕੀ ਮੈਂ ਇਹਦੇ ਚੰਬਿਤ ਰਹਿ ਗਈ ਫਰਜ ਤੇ ਪਹਿਲਾਂ ਹੀ ਸਾਰੇ ਨਿੱਬੇ ਦੇ ਹੀ ਮੰਮੀ ਨੇ ਨਾ ਘਰ ਦਾ ਸਾਰਾ ਕੰਮ ਕਰਤਾ ਸੀ ਕੱਪੜੇ ਵੀ ਤੋਤ ਦੇਹੀ ਫਿਰ ਮੈਂ ਰਸੋਈ ਚ ਜਾ ਕੇ ਕਿ ਵੇਖਦੇ ਕਿ ਲੈ ਵੀ ਮੰਮੀ ਜੀ ਨੇ ਸਾਰੇ ਆਲੂ ਵੀ ਬੋਇਲ ਕਰਤੇ ਦੇ ਆ ਤੇ ਮੈਂ ਕਿਹਾ ਚਲ ਅੱਜ ਮੈਂ ਆਪਣੀ ਗੁੱਤ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਦੇਖੋ ਕੀ ਹਾਲ ਹੋ ਗਿਆ ਮੈਂ ਮੰਮੀ ਨੂੰ ਮਿੰਤਾ ਕਰਲੇ ਕੀਤੀ ਆ ਮੈਂ ਕਿਹਾ ਗੁੱਤ ਕਰਨਾ ਨਹੀਂ ਮੇਰੇ ਵਾਸਤਾ ਕੰਮ ਮੰਮੀ ਨੇ ਆਲੂ ਦੇ ਪਰਾਂਠੇ ਬਣਾਏ ਬੜੇ ਸੁਆਸੀ